ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਵਿਸ਼ੇਸ਼ ਯੋਗਾਂ ਦੀ ਗੱਲ ਕਰਾਂਗੇ ਜਿਸ ਤੋਂ ਸਾਨੂੰ ਜਨਮ ਕੁੰਡਲੀ ਦੇਖਦੇ ਪਤਾ ਲੱਗ ਜਾਂਦਾ ਹੈ ਕਿ ਇੱਕ ਇਨਸਾਨ ਨੂੰ ਕਿਤੇ ਕੋਈ ਬਿਮਾਰੀ ਤਾਂ ਨਹੀਂ ਆਉਣ ਵਾਲੀ। ਜਿੱਦਾਂ ਜਨਮ ਕੁੰਡਲੀ ਦੇ 5ਵੇਂ ਘਰ ਦੇ ਵਿੱਚ ਜਦੋਂ ਰਾਹੂ ਬੈਠਾ ਹੋਵੇ ਤਾਂ ਇਨਸਾਨ ਨੂੰ ਆਪਾਂ ਸਿੱਧਾ ਹੀ ਕਹਿੰਦੇ ਹਾਂ ਕਿ ਤੁਹਾਨੂੰ ਪੇਟ ਦੇ ਰੋਗ ਨੇ, ਪੇਟ ਦਾ ਦਰਦ ਹੈ, ਐਸੀਡਿਟੀ ਹੈਗੀ ਹੈ, ਰਹੱਸਮਈ ਬਿਮਾਰੀਆਂ ਹੈਗੀਆਂ ਪੇਟ ਦੀਆਂ। ਸੋ ਇੱਦਾਂ ਦੀ ਸਥਿਤੀ ਹੁੰਦੀ ਹੈ। ਫਿਰ ਜਦੋਂ ਜਨਮ ਕੁੰਡਲੀ ਦੇ ਦੂਜੇ ਭਾਵ ਦੇ ਵਿੱਚ ਸੂਰਜ, ਮੰਗਲ, ਸ਼ਨੀ, ਰਾਹੂ ਜਾਂ ਕੇਤੂ ਹੋਵੇ ਤਾਂ ਅੱਖ ਦੇ ਦਰਦ ਦੀ ਸੰਭਾਵਨਾ ਰਹਿੰਦੀ ਹੈ। ਆਪਾਂ ਸਿੱਧਾ ਹੀ ਦੇਖਦੇ ਕਹਿੰਦੇ ਹਾਂ ਕਿ ਸੱਜੀ ਅੱਖ ਨੂੰ ਪ੍ਰੋਬਲਮ ਤਾਂ ਨਹੀਂ ਆ ਗਈ, ਜਾਂ ਤਾਂ ਕਹਿੰਦਾ ਜੀ ਬਿਲਕੁਲ ਸਹੀ ਹੈ। ਫਿਰ ਇੱਦਾਂ ਹੀ ਚੰਦਰ ਅਤੇ ਮੰਗਲ ਦੋਨੇ ਜਦੋਂ ਇਕੱਠੇ ਹੁੰਦੇ ਆ ਤਾਂ ਬਹੁਤ ਜ਼ਿਆਦਾ ਡਿਪਰੈਸ਼ਨ, ਬਹੁਤ ਜ਼ਿਆਦਾ ਉਤੇਜਨਾ ਦਿੰਦਾ, ਜਿਸ ਕਾਰਨ ਇਨਸਾਨ ਮਾਨਸਿਕ ਰੂਪ ਦੇ ਵਿੱਚ ਅਸਵਸਥ ਹੋਣ ਦੀ ਉਹਦੀ ਸੰਭਾਵਨਾ ਬਣ ਜਾਂਦੀ ਹੈ। ਫਿਰ ਜਦੋਂ ਚੰਦਰ ਅਤੇ ਬੁੱਧ ਦੋਨੇ ਹੀ ਸ਼ਤਰੂ ਨੇ, ਦੋਨੇ ਇਕੱਠੇ ਹੋਣ ਤਾਂ ਇਨਸਾਨ ਦਾ ਮੈਂਟਲੀ ਇਮਬੈਲੈਂਸ ਬਣਿਆ ਰਹਿੰਦਾ। ਫਿਰ ਚੰਦਰ ਅਤੇ ਰਾਹੂ ਜਾਂ ਫਿਰ ਚੰਦਰ ਅਤੇ ਸ਼ਨੀ ਇੱਦਾਂ ਦੀ ਯੁਤੀ ਹੋਵੇ ਤਾਂ ਇਹਨੂੰ ਆਪਾਂ ਕਹਿੰਦੇ ਹਾਂ ਚੰਦਰ ਅਤੇ ਰਾਹੂ ਹੋਵੇ ਤਾਂ ਕੈਂਸਰ ਵੀ ਕਈ ਵਾਰੀ ਕਰਾਉਂਦਾ, ਮਾਨਸਿਕ ਰੋਗ ਵੀ ਕਰਾਉਂਦਾ। ਚੰਦਰ ਅਤੇ ਸ਼ਨੀ ਦੀ ਯੁਤੀ ਹੋਵੇ ਤਾਂ ਡਿਪਰੈਸ਼ਨ ਦਾ ਸ਼ਿਕਾਰ ਬਣਦਾ, ਇਹਨੂੰ ਕਹਿੰਦੇ ਆ ਵਿਸ਼ ਯੋਗ, ਬਹੁਤ ਹੀ ਜ਼ਿਆਦਾ ਘਾਤਕ ਯੋਗ ਹੁੰਦਾ ਦਿਮਾਗ ਦੇ ਲਈ। ਫਿਰ ਚੰਦਰ ਸ਼ਨੀ ਲਗਨੇਸ਼ ਜਾਂ ਫਿਰ ਚੰਦਰ ਸ਼ਨੀ 6ਵੇਂ ਘਰ ਦੇ ਸਵਾਮੀ ਦੀ ਇਹਨਾਂ ਦੀ ਯੁਤੀ ਬਣੀ ਹੋਵੇ ਤਾਂ ਵਾਤ, ਹਿਚਕੀ ਇੱਦਾਂ ਦੀ ਤਕਲੀਫ ਨਿਰੰਤਰ ਬਣੀ ਰਹਿੰਦੀ ਹੈ। ਕਈ ਵਾਰੀ ਢਾਈ ਢਾਈ ਤਿੰਨ ਤਿੰਨ ਦਿਨ ਤੱਕ ਹਿਚਕੀ ਵੀ ਨਹੀਂ ਬੰਦ ਹੁੰਦੀ। ਫਿਰ 8ਵੇਂ ਸਥਾਨ ਦੇ ਵਿੱਚ ਜਨਮ ਕੁੰਡਲੀ ਦੇ ਚੰਦਰਮਾ ਬੈਠਾ ਹੋਵੇ ਤਾਂ ਬਚਪਨ ਦੇ ਵਿੱਚ ਬਹੁਤ ਵੱਡੀ ਬਿਮਾਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਨਮ ਕੁੰਡਲੀ ਦੇ 8ਵੇਂ ਘਰ ਦੇ ਵਿੱਚ ਮੰਗਲ ਹੋਵੇ ਤਾਂ ਜੌਂਡਿਸ ਯਾਨੀ ਕਿ ਪੀਲੀਆ ਹੋਣ ਦੀ ਸੰਭਾਵਨਾ ਵੀ ਹੋ ਜਾਂਦੀ ਹੈ। ਫਿਰ ਕੁੰਡਲੀ ਦੇ ਵਿੱਚ ਮੰਗਲ ਅਤੇ ਰਾਹੂ ਦੀ ਯੁਤੀ ਹੋਵੇ ਤਾਂ ਪੀਲੀਆ ਜ਼ਰੂਰ ਹੋ ਜਾਂਦਾ। 8ਵੇਂ ਜਾਂ 6ਵੇਂ ਭਾਵ ਦੇ ਵਿੱਚ ਚੰਦਰ, ਗੁਰੂ ਅਤੇ ਸ਼ੁੱਕਰ ਦੀ ਯੁਤੀ ਹੋਵੇ ਤਾਂ ਐਸੀ ਹਾਲਤ ਦੇ ਵਿੱਚ ਵੀ ਇਨਸਾਨ ਨੂੰ ਟੀਵੀ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਚੰਦਰ ਗੁਰੂ ਜਾਂ ਫਿਰ ਚੰਦਰ ਸ਼ੁੱਕਰ ਜਾਂ ਫਿਰ ਗੁਰੂ ਸ਼ੁੱਕਰ ਇਹਨਾਂ ਦੀਆਂ ਯੁਤੀਆਂ ਹੋਣ ਤਾਂ ਡਾਇਬਟੀਜ਼ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇੱਕ ਗੱਲ ਅਸੀਂ ਤੁਹਾਨੂੰ ਪੱਕਾ ਦੱਸ ਦਈਏ ਕਿ ਅਸੀਂ ਤੁਹਾਨੂੰ ਇੰਨੀਆਂ ਬਿਮਾਰੀਆਂ ਬਾਰੇ ਜਿਹੜਾ ਦੱਸਿਆ ਡਰਾਉਣ ਲਈ ਨਹੀਂ ਦੱਸਿਆ, ਸਿਰਫ ਇਸ ਲਈ ਦੱਸਿਆ ਕਿ ਜੇ ਸਾਡੇ ਕਿਸੇ ਵੀ ਵੀਰ ਨੂੰ, ਸਾਡੀ ਕਿਸੇ ਭੈਣ ਨੂੰ, ਸਾਡੇ ਕਿਸੇ ਬੱਚੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਹੈਗੀ ਆ, ਉਹ ਠੀਕ ਨਹੀਂ ਹੋ ਪਾ ਰਿਹਾ ਤਾਂ ਆਪਣੀ ਕੁੰਡਲੀ ਖੋਲ੍ਹੋ, ਖੁਦ ਬ ਖੁਦ ਉਹਨੂੰ ਦੇਖੋ ਕਿ ਇਹ ਯੁਤੀਆਂ ਤਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਦੱਸੀਆਂ। ਜੇ ਇਹ ਯੁਤੀਆਂ ਹੈਗੀਆਂ ਤਾਂ ਇਟ ਮੀਨਸ ਕਿ ਤੁਹਾਡੇ ਸਟਾਰ ਤੁਹਾਨੂੰ ਤੰਗ ਕਰ ਰਹੇ ਆ, ਇਟ ਮੀਨਸ ਕਿ ਸਟਾਰਸ ਨਾਲ ਸੰਬੰਧਿਤ ਉਪਾਅ ਕਰੋਗੇ ਤਾਂ ਫਿਰ ਤੁਹਾਨੂੰ ਦਵਾਈਆਂ ਲਾਭ ਦੇਣਗੀਆਂ। ਸੋ ਇਟ ਮੀਨਸ ਇੱਕ ਵਾਰੀ ਕੁੰਡਲੀ ਜ਼ਰੂਰ ਦਿਖਾਉਣੀ ਚਾਹੀਦੀ ਹੈ। ਸੋ ਅੱਜ ਦਾ ਐਪੀਸੋਡ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਿਓ। ਅਤੇ ਨਾਲ ਹੀ ਨਾਲ ਸਾਡਾ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਸਾਡੇ ਵਟਸਐਪ ਨੰਬਰ 'ਤੇ ਵੀ ਤੁਸੀਂ ਐਡ ਹੋ ਸਕਦੇ ਹੋ 9872620533, ਜਿਹਦੇ 'ਤੇ ਐਡ ਹੋਣ ਦੇ ਲਈ ਸਿੰਪਲੀ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਤੁਸੀਂ ਸਾਨੂੰ ਭੇਜ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ, ਜਦਕਿ ਵਰਿਸ਼ਠ ਰਾਸ਼ੀ ਵਾਲੇ ਅੱਜ ਐਕਸੀਡੈਂਟਲ ਯੋਗ ਬਣ ਸਕਦੇ ਨੇ। ਮਿਥੁਨ ਰਾਸ਼ੀ ਵਾਲੇ ਪੁਲਿਸ ਦੇ ਨਾਲ ਅੱਜ ਉਲਝਣ ਹੋ ਸਕਦੀ ਹੈ। ਕਰਕ ਰਾਸ਼ੀ ਵਾਲੇ ਅੱਜ ਲਾਟਰੀ ਸੱਟਾ ਜੂਏ ਦੇ ਵਿੱਚ ਫਸ ਸਕਦੇ ਹੈ। ਸਿੰਘ ਰਾਸ਼ੀ ਵਾਲੇ ਕਿਸੇ ਇਸਤਰੀ ਦੇ ਕਾਰਨ ਬਦਨਾਮੀ ਦੇ ਪਾਤਰ ਹੋ ਸਕਦੇ ਹਨ। ਕੰਨਿਆ ਰਾਸ਼ੀ ਵਾਲੇ ਮਨ ਚਾਹੇ ਸਟੱਡੀ ਕੋਰਸਿਸ ਦੇ ਵਿੱਚ ਵਿਦੇਸ਼ ਦੇ ਵਿੱਚ ਦਾਖਲਾ ਮਿਲ ਸਕਦਾ ਹੈ। ਤੁਲਾ ਰਾਸ਼ੀ ਵਾਲੇ ਅੱਜ ਜ਼ਿਆਦਾ ਖਾਣ ਦੇ ਨਾਲ ਪ੍ਰੋਬਲਮ ਆ ਜਾਏਗੀ। ਵਰਿਸ਼ਚਿਕ ਰਾਸ਼ੀ ਵਾਲੇ ਮਾਨ ਸਨਮਾਨ ਬਰਕਰਾਰ ਰਹੇਗਾ। ਕੁੰਭ ਰਾਸ਼ੀ ਵਾਲੇ ਚਾਰੋਂ ਤਰਫ ਸੋਸ਼ਲੀ ਤੁਹਾਡੀ ਜੈਰਾਕਾਰ ਹੋਏਗੀ। ਅਤੇ ਮੀਨ ਰਾਸ਼ੀ ਵਾਲੇ ਥੋੜ੍ਹਾ ਜਿਹਾ ਸ਼ਤਰੂਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਤਾਂ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਵੀ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕ ਜਾਈਓ,
ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਤੀਆਂ ਨੂੰ ਕੁੱਖਾਂ 'ਚ ਤਾਂ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਜ਼ਰੂਰ ਖਰਚ ਕਰਦੇ ਰਹੋ। ਤੁਸੀਂ ਦੇਖੋਗੇ ਕਿ ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਵੇਗੀ। ਜੋਤਿਸ਼ ਬੜੀ ਹੀ ਕੈਲਕੂਲੇਟਡ ਸਾਇੰਸ ਹੈ। ਪਿਛਲੇ ਦਿਨ ਗੁੱਤਾਂ ਕੱਟੀਆਂ ਜਾ ਰਹੀਆਂ ਸੀਗੀਆਂ, ਅਸੀਂ ਦੱਸਿਆ ਸੀਗਾ ਕਿ ਕਿਉਂ ਕੱਟੀਆਂ ਜਾ ਰਹੀਆਂ ਅਤੇ ਕਦ ਤੱਕ ਬੰਦ ਹੋ ਜਾਣਗੀਆਂ। ਯੂਟਿਊਬ 'ਤੇ ਸਾਡਾ ਇਸ ਮਾਮਲੇ 'ਚ ਐਪੀਸੋਡ ਗਵਾਹ ਹੈਗਾ, ਜ਼ਰੂਰ ਦੇਖਿਓ। ਇੱਦਾਂ ਹੀ ਜਿਹੜਾ ਅਸੀਂ ਦੱਸਿਆ ਸੀ ਕਿ ਇੱਕ ਵੱਡੇ ਧਰਮ ਗੁਰੂ ਦੇ ਉੱਤੇ ਆਰੋਪ ਲੱਗੇਗਾ, ਬਹੁਤ ਖੂਨ ਖਰਾਬਾ ਹੋਏਗਾ, ਸੋ ਉਹ ਵੀ ਤੁਹਾਡੇ ਸਾਹਮਣੇ ਇਹ ਕਾਂਡ ਆ ਗਿਆ, ਅਤੇ ਇਹ ਵੀ ਜ਼ਰੂਰ ਦੇਖਿਓ। ਅਤੇ ਇਸ ਲਈ ਇਹਨਾਂ ਨੂੰ ਦੇਖ ਕੇ ਇਹ ਡਿਸਾਈਡ ਕਰ ਸਕਦੇ ਹੋ ਕਿ ਜੋਤਿਸ਼ ਵਾਕਈ ਕੁਛ ਹੈ। ਸੋ ਕੱਲ੍ਹ ਫਿਰ ਮਿਲਾਂਗੇ। ਨਮਸਕਾਰ।